ਔਰ ਮੈਨੂੰ ਇਹ ਡਰ ਪੈ ਗਿਆ ਕਿਤੇ ਕੁਰਸੀ ਤੇ ਬੈਠੇ ਨਾ ਉਹਨੂੰ ਅਟੈਕ ਨਾ ਹੋ ਜਾਏ। ਮੈਨੂੰ ਡਰ ਲੱਗਣ ਲੱਗ ਗਿਆ, ਮੈਂ ਉਹਨਾਂ ਵਾਸਤੇ ਦੁਆ ਕਰਨ ਲੱਗ ਗਿਆ, ਯਾ ਅੱਲਾ ਨਾ ਤੇ ਰਹਿਮਤ ਕਰ ਇਹਨਾਂ ਦੇ ਗੁੱਸੇ ਨੂੰ ਠੰਡਾ ਕਰ। ਮੈਂ ਦੁਆ ਕੀਤੀ ਫਿਰ ਅੱਲਾ ਦੇ ਅੱਗੇ ਕਿ ਇਹਨਾਂ ਦੇ ਇਸ ਤਰ੍ਹਾਂ ਕੁਰਸੀ ਦੇ ਬੈਠੇ ਅਟੈਕ ਹੋ ਜਾਂਦਾ ਨਾ, ਇਸ ਤਰ੍ਹਾਂ ਕੁਰਸੀ ਦੇ ਬੈਠੇ ਅਟੈਕ ਹੋ ਜਾਏ ਤੇ ਯਕੀਨ ਕਰੋ ਦੋ ਦੋ ਦਿਨ ਪਤਾ ਹੀ ਨਹੀਂ ਚੱਲਦਾ। ਦੇਖਣ ਵਾਲਾ ਹੀ ਕਹਿੰਦਾ ਪ੍ਰੋਗਰਾਮ ਕਰ ਰਿਹਾ। ਉਹਨਾਂ ਨੇ ਇੱਕ ਦੋ ਬੰਦੇ ਤਿਆਰ ਕਰਨੇ ਸੀ ਬੁਰਾਈਆਂ ਕਰਨ ਵਾਸਤੇ, ਉਹਨਾਂ ਨੂੰ ਲੜਾਉਣਾ ਸੀ, ਉਹਨਾਂ ਨੇ ਇੱਕ ਦੂਸਰੇ ਦੀਆਂ ਬੁਰਾਈਆਂ ਕਰਨੀਆਂ ਸੀ, ਫਿਰ ਉਹਨਾਂ ਨੇ ਵੀਡੀਓ ਬਣਾ ਕੇ ਐਂਡ ਟਾਈਮ 'ਚ ਆ ਕੇ ਲਾਉਣੀਆਂ ਸੀਗੀਆਂ ਲਾ ਕੇ, ਤੇ ਫਿਰ ਉਹਨਾਂ ਨੇ ਕਹਿਣਾ ਸੀ ਵੀਡੀਓ ਡਿਲੀਟ ਕਰੋ, ਉਹਨਾਂ ਨੇ ਫਿਰ ਕਹਿਣਾ ਸੀ ਬਲੈਕਮੇਲਿੰਗ ਪੈਸੇ ਦਾ ਡਿਮਾਂਡ ਕਰਨ ਵਾਸਤੇ। ਫਿਰ ਬੜਾ ਰਸ਼ ਲੱਗਾ ਆ, ਪਾਣੀ ਵੰਡ ਰਹੇ ਨੇ ਪਾਣੀ ਨਹੀਂ। ਉਹ ਇੱਕ ਬੜੀ ਖੂਬਸੂਰਤ ਸ਼ਖਸੀਅਤ ਸਾਨੂੰ ਨਜ਼ਰ ਆ ਗਈ, ਓਏ ਮੀਆਂ ਸਾਹਿਬ ਤੁਹਾਨੂੰ ਵੇਚਦੇ ਰਹਿੰਦੇ ਆ, ਅਸੀਂ ਸਮਝ ਲਓ ਤੁਹਾਡੇ ਫੈਨ ਹੈਗੇ ਆ। ਬਹੁਤ ਸ਼ੁਕਰੀਆ ਅਰਬਾਜ਼ ਭਾਈ, ਬਹੁਤ ਸ਼ੁਕਰੀਆ। ਅਸੀਂ ਤੁਹਾਡੇ ਫੈਨ ਹੈਗੇ ਆ, ਮੰਡੀ ਦੇ ਬਾਨੀ ਹੋ ਤੁਸੀਂ, ਤੁਹਾਡੀ ਮੁਹੱਬਤ ਹੈ ਜਨਾਬ, ਮੰਡੀ ਦੇ ਤੁਸੀਂ ਬਾਨੀ ਹੋ। ਕਿੰਨੇ ਸਾਲ ਤੁਸੀਂ ਇਹ ਕਰ ਰਹੇ ਹੋ ਤੁਸੀਂ ਮੰਡੀ ਦਾ ਕੰਮ? 4-5 ਸਾਲ ਹੋ ਗਏ, 4-5 ਸਾਲ, 5-6 ਸਾਲ ਹੋ ਗਏ ਤਕਰੀਬਨ, ਇੰਨਾ ਅਰਸਾ ਹੋ ਗਿਆ ਕੰਮ ਕਰਦੇ। ਔਰ ਮੀਆਂ ਡਾਕਟਰ ਸਾਹਿਬ ਲਾਓ, 4 ਵਾਲ ਬੰਦ ਨੇ ਦਿਲ ਦੇ, ਸਿਆਲਕੋਟ ਤੋਂ ਮਿਲਣ ਵਾਸਤੇ ਆਏ ਨੇ, ਡਾਕਟਰ ਵੀ ਨੇ। ਵਾਹ 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 ਵਾਹ, ਕੀ ਬਾਤ, ਮਾਸ਼ਾਅੱਲਾ, ਤੁਹਾਡੀ ਮੁਹੱਬਤ ਵੀ ਅੱਛੀ। ਚਲੋ ਕੋਈ ਨਾ ਕੁਐਸਚਨ ਆ ਤੇ, ਸਿਰਫ ਮੁਹੱਬਤ ਹੀ ਹੈ ਜਿਹੜੀ ਸਪੈਸ਼ਲੀ ਅਮਜਦ ਭਾਈ ਨੂੰ ਮਿਲਣ ਆਏ। ਜੀ ਹਾਂ, ਅਲਹਮਦੁਲਿਲਾ। ਵਾਹ ਵਾਹ ਅਮਜਦ ਭਾਈ, ਤੇ ਸਿਆਲਕੋਟ ਤੋਂ? ਸਿਆਲਕੋਟ ਤੋਂ 4 ਵਾਲ ਬੰਨੇ ਯਾਰ, ਕੁਦਰ ਖੁਦਾ ਦੀ ਯਾਰ, ਮੈਂ ਡਾਕਟਰ ਸਾਹਿਬ ਦਾ ਮੇਰੇ ਕੋਲ ਫਾਜ਼ ਵੀ ਚੁੱਕਿਆ। ਲੈਜੈਂਡ ਸਟਾਰ ਦੇ ਕਿਤਨੇ? ਲੈਜੈਂਡ ਸਟਾਰ ਦੇ ਕਿਤਨੇ? ਲਾਡੀ ਪਹਿਲਵਾਨ, ਭੋਲੂ ਪਹਿਲਵਾਨ। ਅੱਛਾ ਅੱਛਾ ਅੱਛਾ, ਤਨਵੀਰ ਭੋਲੂ ਪਹਿਲਵਾਨ, ਹਾਂਜੀ। ਉਹਨਾਂ ਮੀਆਂ, ਤੁਸੀਂ ਕਦੋਂ ਮੰਡੀ 'ਚ ਆਉਣਾ ਸ਼ੁਰੂ ਕਰਤਾ? ਜਦੋਂ ਦਾ ਲੰਗਰ ਚਲਾਇਆ ਅਮਜਦ ਭਾਈ ਨੇ, ਤੇ ਪਹਿਲੇ ਤੇ ਵੀਡੀਓ ਸ਼ੀਡੀਓ ਪਾਉਂਦੇ ਸੀ, ਤੇ ਹੁਣ ਅਸੀਂ ਕਿਹਾ ਵੀ ਕੰਮ 'ਚ ਫਲਾਈ 'ਚ ਵੀ, ਮੈਂ ਦੱਸੋ ਦੂਸਰੇ ਉਸਤਾਦਾਂ ਨੂੰ ਵੀ ਕਹਿੰਦਾ ਕਿ ਘਰਾਂ 'ਚੋਂ ਨਿਕਲੋ, ਸਾਰੀ ਦਿਹਾੜੀ ਉੱਥੇ ਮੰਜੇ ਨਾਲ ਤੋੜੋ ਡੇਰਿਆਂ ਦੇ, ਤੇ ਬਾਹਰ ਨਿਕਲੋ, ਬਾਹਰ ਆ ਕੇ ਆਵਾਮ ਦੇ ਵਿੱਚ ਰਹੋ, ਤਾਂ ਕਿ ਉਹਨਾਂ ਨੂੰ ਵੀ ਹੌਸਲਾ ਹੋਵੇ ਕਿ ਯਾਰ ਵੱਡੇ ਬੰਦੇ ਨੇ ਵੇਖ ਕੇ ਜਿਸ ਤਰ੍ਹਾਂ ਇਹਨਾਂ ਨੂੰ ਦੇਖ ਕੇ ਅਮਜਦ ਭਾਈ ਨੂੰ ਆਏ ਨੇ, ਠੀਕ ਹੈ, ਉਹ ਸਾਨੂੰ ਵੀ ਵੇਖ ਕੇ ਉਹ ਆਏਗਾ, ਸਾਨੂੰ ਖੁਸ਼ੀ ਹੋਏਗੀ। ਅਤੇ ਲੰਗਰਾਂ 'ਚ ਹਿੱਸਾ ਪਾਉਣ, ਇੱਥੇ ਗਰੀਬ ਲੋਕ ਸ਼ੋਅ ਕਰਨ ਵਾਸਤੇ ਆਉਂਦੇ ਨੇ, ਅੱਛੇ ਕਬੂਤਰ ਲੈਣ ਵਾਸਤੇ, ਚਲੋ ਲੱਭਦੇ ਨੇ ਇਹਨਾਂ ਦੇ ਮੁਤਾਬਿਕ, ਤੇ ਉਹਨਾਂ ਦੀ ਵੀ ਹੌਸਲਾ ਵਧਾਈ ਹੁੰਦੀ ਹੈ। ਸਹੀ ਗੱਲ, ਤੇ ਅਸੀਂ ਕਹਿੰਦੇ ਚਲੋ ਸਾਡੇ ਆਉਣ ਨਾਲ ਕਿਤੇ ਹੌਸਲਾ ਵਧਾਈ ਹੁੰਦੀ, ਤੇ ਅਸੀਂ ਮੋਸਟ ਵੈਲਕਮ ਲਾਈਕ ਕਮ ਆਈ ਕਰਦੇ ਆ। ਨੇਕ ਕੰਮ ਕਰ ਰਹੇ ਹੋ, ਇਹਦਾ ਅਜਰ ਤੁਹਾਨੂੰ ਬੰਦੇ ਨਹੀਂ ਦੇ ਸਕਦੇ, ਅੱਲਾ ਨਹੀਂ ਦੇਣਾ। ਨਹੀਂ ਨਹੀਂ ਯਾਰ, ਬਾਅਦ ਵਿੱਚ ਤੁਹਾਡੀ ਵੀਡੀਓ ਬੜੀਆਂ ਅੱਛੀਆਂ ਹੁੰਦੀਆਂ ਨੇ, ਐਵੇਂ ਤੁਸੀਂ ਵੀ ਨਾ ਕਹੋ, ਤੁਹਾਡੀ ਵੀਡੀਓ ਅੱਛੀ ਹੁੰਦੀ, ਜਿੱਡੇ ਕੋਲ ਤੁਸੀਂ ਤਲਕ ਸਵਾਲ ਪੁੱਛਦੇ ਨਾ, ਮੇਰੇ ਉਸਤਾਦ ਹੀ ਪਰੇਸ਼ਾਨ ਹੋ ਜਾਂਦੇ ਨੇ, ਤੇ ਇਹੀ ਤੁਹਾਡੀ ਕਾਮਯਾਬੀ। ਮੈਂ ਤਾਂ ਕਹਿੰਦਾ ਸਭ ਪੁੱਛਣੇ ਚਾਹੀਦੇ ਨੇ, ਤਾਂ ਕਿ ਕੁਛ ਉਹਨਾਂ ਚੋਂ ਖਰੋ ਸਕੋ, ਕੁਛ ਕੱਢ ਸਕੋ, ਤਾਂ ਕਿਸੇ ਤੁਹਾਡੇ ਵੀਵਰ ਦਾ ਫਾਇਦਾ ਹੋ ਜਾਵੇ। ਤੇ ਤੁਸੀਂ ਮਾਸ਼ਾਅੱਲਾ ਬੜਾ ਅੱਛਾ ਆਪਣਾ ਚੈਨਲ ਚਲਾ ਰਹੇ ਹੋ, ਮੋਬਾਈਲ ਨੰਬਰ ਵੀ ਦੇ, ਮੈਂ ਜ਼ਰਾਣਾ ਮੈਡੀਸਨ, ਕੋਈ ਕਿਸੇ ਦਾ ਬੱਚਾ ਬਿਮਾਰ ਹੈ, ਕਿਸੇ ਦਾ ਕਬੂਤਰ ਬਿਮਾਰ ਹੈ, ਮੈਂ ਕਬੂਤਰਾਂ ਦਾ ਵੀ ਸਪੈਸ਼ਲਿਸਟ ਆ, ਠੀਕ ਹੋ, ਬਿਮਾਰੀ ਦਾ। ਉਹ ਅਮਜਦ ਭਾਈ ਤੁਹਾਡੇ ਨਾਲ ਰابطਾ ਕਰ, ਅਮਜਦ ਭਾਈ ਮੈਂ ਤੁਹਾਡੇ ਨਾਲ ਨਾ ਗੱਲ ਕਰਨੀ ਆ, ਉਹ ਜ਼ਰਾ ਪਿੱਛੇ ਨੂੰ ਚੱਲ, ਇੱਕ ਮਿੰਟ ਮੈਂ ਅਮਜਦ ਭਾਈ ਨਾਲ ਗੱਲ ਕਰਨੀ, ਉਹ ਤੁਹਾਡੇ ਨਾਲ ਵੀਡੀਓ ਲੈ ਤਾਂ ਸ਼ੇਅਰ ਕਰਨੇ, ਬੰਦ ਕਰ ਦੀ। ਦੋਸਤੋ ਆਪਸੇ ਮੁਹੱਬਤ ਨਾਲ ਗੁਜ਼ਾਰਿਸ਼ ਹੈ, ਇੱਕ ਵਾਰ ਹਮਾਰੇ ਸਾਥ ਮਿਲ ਕੇ ਦਰੂਸ਼ੀ ਪੜ੍ਹ ਲੈਂ। ਔਜ਼ ਬਿੱਲਾਹਿ ਮਿਨ ਸ਼ੈਤਾਨ ਰਜੀਮ, ਬਿਸਮਿਲ੍ਲਾ ਰਹਿਮਾਨ ਰਹੀਮ, ਅੱਲਾਹੁਮਾ ਸੱਲੇ ਅਲਾ ਸੈਯਦਿਨਾ ਮੁਹੰਮਦਿਨ ਵਾ ਅਲਾ ਆਲੇ ਸੈਯਦਿਨਾ ਮੁਹੰਮਦਿਨ ਵਾ ਬਾਰਿਕ ਵਸੱਲਮ, ਯਾ ਹਯੂ ਯਾ ਕਯੂਮ, ਲਾ ਇਲਾਹਾ ਇਲਾ ਅੰਤ ਸੁਬਹਾਨਕਾ ਇਨਨੀ ਕੁੰਤੁ ਮਿਨਜ਼ ਜ਼ਾਲਿਮੀਨ। ਅੱਛਾ ਅਮਜਦ ਸਾਹਿਬ, ਤੁਸੀਂ ਮਾਸ਼ਾਅੱਲਾ ਬੜੇ ਅਰਸੇ ਦਰਾਜ਼ ਤੋਂ ਕੰਮ ਕਰਦੇ ਪਏ ਹੋ। ਜੀ ਜੀ। ਹੋਰ ਮੈਂ ਤੇ ਤੁਹਾਨੂੰ ਮੰਡੀ ਦਾ ਬਾਨੀ ਕਹਿੰਦਾ,
ਬਹੁਤ ਸ਼ੁਕਰੀਆ ਜਨਾਬ। ਇੱਥੋਂ ਤੁਸੀਂ ਬੜਾ ਕੁਛ ਕੱਢਿਆ, ਬੜਾ ਕੁਛ ਲੈ ਕੇ ਦਿੱਤਾ ਲੋਕਾਂ ਨੂੰ ਜੀ ਜੀ, ਔਰ ਬੜਾ ਨਾਮ ਬਣਾਇਆ ਤੁਸੀਂ ਇਸ ਮੰਡੀ ਤੋਂ ਹੀ ਜੀ ਜੀ, ਅਗਾਜ਼ ਤੁਸੀਂ ਬੇਸਿਕਲ ਇੱਥੋਂ ਹੀ ਕੀਤਾ ਜੀ ਬਿਲਕੁਲ, ਤੇ ਹੁਣ ਆ ਕੇ ਫਿਰ ਇੰਟਰਵਿਊਜ਼ ਦਾ ਵੀ ਸਿਲਸਿਲਾ ਤੁਹਾਡੇ ਜਾਰੀ ਰਿਹਾ ਜੀ ਜੀ, ਹੁਣ ਆ ਕੇ ਇੱਕ ਵੀਡੀਓ ਮੈਂ ਵੇਖੀ ਹੈ ਜਿਹਦੇ ਵਿੱਚ ਇੱਕ ਬਜ਼ੁਰਗ ਹੈਗੇ ਸੀ ਜੀ ਜੀ, ਉਹ ਤੁਹਾਡੇ ਨਾਲ ਮਤਲਬ ਕਿ ਤੁਹਾਡੇ ਖਿਲਾਫ ਕਲਮ ਬਲੋਚ ਕਰ ਰਹੇ ਨੇ, ਔਰ ਆਪਣਾ ਉਹਨਾਂ ਨੇ ਸਿਲਸਿਲਾ ਬਣਾਇਆ ਹੋਇਆ, ਕੀ ਮਸਲੇ ਮਸਾਇਲ ਹੋਏ ਨੇ? ਅਨਵਾਲ ਭਾਈ ਬਜ਼ੁਰਗ ਨੇ ਸਾਡੇ, ਮੈਂ ਉਹਨਾਂ ਨੂੰ ਕੀ ਕਹਿ ਸਕਦਾ, ਬਜ਼ੁਰਗ ਨੇ ਵੱਡੇ ਨੇ, ਜਿਸ ਤਰ੍ਹਾਂ ਦਾ ਉਹ ਲੋਬੋ ਲਹਿਜ਼ਾ ਰੱਖਦੇ ਨੇ ਉਸ ਤਰ੍ਹਾਂ ਦਾ ਮੈਂ ਨਹੀਂ ਰੱਖ ਸਕਦਾ, ਮੇਰੀ ਤਰਬੀਅਤ ਐਸੀ ਨਹੀਂ ਹੈ ਠੀਕ ਹੈ ਨਾ, ਅਤੇ ਉਹਨਾਂ ਨੇ ਬਜ਼ੁਰਗ ਨੇ ਬਜ਼ੁਰਗ ਬੰਦਿਆਂ ਦੀ ਕਿਲ ਦਾ ਕੀ ਬੁਰਾ ਮਨਾਉਣਾ, ਅਤੇ ਬਸ ਉਹਨਾਂ ਨਾਲ ਇਸੀ ਤਰ੍ਹਾਂ ਹੀ ਕਾਲ 'ਤੇ ਗੱਲ ਹੋਈ ਉਹਨਾਂ ਦੇ ਨਾਲ, ਅਤੇ ਉਹਨਾਂ ਨੇ ਮੇਰੀ ਨਾਲ ਕਾਲ ਕੀਤੀ ਜਿਸ ਤਰ੍ਹਾਂ ਦੋਸਤ ਬਣ ਕੇ ਕਰਦੇ ਨੇ ਅਕਸਰ ਓਵਰਸੀਜ਼ ਪਾਕਿਸਤਾਨ ਹੀ ਕਰਦੇ ਨੇ ਠੀਕ ਹੈ ਨਾ, ਬੜੇ ਮੁਹੱਬਤ ਔਰ ਬੜੇ ਖਲੂਸ ਨਾਲ ਗੱਲ ਕਰਦੇ ਨੇ, ਬਹੁਤ ਹੀ ਖਲੂਸ ਨਾਲ ਗੱਲ ਕਰਦੇ ਨੇ, ਇਹਨਾਂ ਨੇ ਵੀ ਅਸੀਂ ਤਰ੍ਹਾਂ ਖਲੂਸ ਨਾਲ ਗੱਲਬਾਤ ਕੀਤੀ, ਸਾਰੀਆਂ ਗੱਲਾਂ ਮੇਰੇ ਨਾਲ ਕਰਦੇ ਰਹੇ, ਪੁੱਛਦੇ ਰਹੇ, ਔਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਮੈਨੂੰ ਐਂਡ 'ਤੇ ਕਿਹਾ ਕਿ ਯਾਰ ਮੈਂ ਤੇਰੀ ਰਿਕਾਰਡਿੰਗ ਕਰ ਰਿਹਾ ਸੀਗਾ, ਇਹ ਗੱਲ ਕਰ ਲਓ ਪਹਿਲੇ ਦੱਸ ਕੇ ਰਿਕਾਰਡਿੰਗ। ਅੱਛਾ ਐ ਨਹੀਂ, ਮੈਂ ਵੀਡੀਓ ਵੇਖੀ, ਮੈਂ ਸਿਰਫ ਉਹ ਮੈਨੂੰ ਕਿਸੇ ਨੇ ਨਾ ਲਿੰਕ ਸੈਂਡ ਕੀਤਾ ਸੀ ਜੀ ਜੀ, ਯਾਰ ਹੈ ਅਮਜਦ ਭਾਈ ਨੇ ਇਹਨਾਂ ਦੇ ਖਿਲਾਫ ਕਿਉਂ ਗਲਮ ਗਲੋਚ ਦਾ ਸਿਲਸਿਲਾ ਜਾਰੀ ਹੋਇਆ? ਹਾਂਜੀ, ਤੇ ਉਹ ਬਸ ਉਹ ਮੈਂ ਉਹਨਾਂ ਨੇ ਕੀਤਾ, ਫਿਰ ਦੁਬਾਰਾ ਉਹਨਾਂ ਨੇ ਮੈਨੂੰ ਫੋਨ ਕੀਤਾ, ਮੈਨੂੰ ਇਹ ਚੀਜ਼ ਅੱਛੀ ਨਹੀਂ ਲੱਗੀ, ਲੇਕਿਨ ਮੈਨੂੰ ਨਾ ਉੱਥੇ ਇੱਕ ਡਾਊਟ ਪੈ ਗਿਆ, ਸ਼ੱਕ ਪੈ ਗਿਆ, ਜਿਸ ਤਰ੍ਹਾਂ ਕਿ ਇਹ ਖੁਫੀਆ ਇਸ ਤਰ੍ਹਾਂ ਦੀਆਂ ਕਾਲਾਂ ਰਿਕਾਰਡ ਕਰਕੇ ਅਤੇ ਬਲੈਕਮੇਲ ਕਰਨਗੇ, ਅਤੇ ਉਹ ਮੈਂ ਫਿਰ ਉਹਨਾਂ ਨਾਲ ਗੱਲਬਾਤ, ਮੈਂ ਪਹਿਲੇ ਸੋਚਦਾ ਰਿਹਾ ਕਿ ਯਾਰ ਇਸ ਤਰ੍ਹਾਂ ਹੋ ਸਕਦਾ, ਫਿਰ ਮੇਰੀ ਛੱਡੀ ਇਸ ਕਹਿੰਦੀ ਸੀ ਇਸ ਤਰ੍ਹਾਂ ਹੋ ਸਕਦਾ, ਅਤੇ ਇਹਨਾਂ ਦੀ ਦੁਬਾਰਾ ਮੈਨੂੰ ਕਾਲ ਆਈ ਉਹਦੇ 'ਤੇ, ਫਿਰ ਮੈਂ ਇਹਨਾਂ ਨੂੰ ਦੱਸਿਆ ਠੀਕ ਹੈ ਨਾ, ਮੈਂ ਵੈਸੇ ਉਦੋਂ ਵੀ ਤਜ਼ੀਬੇਦਾਰੀ ਜੀ ਰਹਿ ਕੇ ਗੱਲਾਂ ਕੀਤੀਆਂ, ਮੇਰੇ ਕੋਲ ਇਹਨਾਂ 'ਚ ਅਸੀਂ ਤਰਬੀਅਤ ਨਹੀਂ ਹੈ, ਬਜ਼ੁਰਗ ਨੇ, ਮੈਂ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦਾ ਠੀਕ ਹੈ ਨਾ, ਅੱਲਾਹ ਤਾਲਾ ਹਦਾਇਤ ਦੇਵੇ ਸਭ ਨੂੰ, ਮੈਨੂੰ ਵੀ ਹਦਾਇਤ ਦੇਵੇ, ਅੱਲਾਹ ਸਭ ਨੂੰ ਹਦਾਇਤ ਦੇਵੇ, ਅਤੇ ਉਹਨਾਂ ਨੂੰ ਚਾਹੀਦਾ ਸੀਗਾ ਜਿਹੜਾ ਲੱਭੋ ਲਹਿਜਾ ਆਪਣਾ ਅੱਛਾ ਰੱਖਦੇ, ਉਹਨਾਂ ਨੇ ਬੜੇ ਬੁਰੇ ਅਲਫਾਜ਼ ਕਹੇ, ਮੈਂ ਇਸ ਤਰ੍ਹਾਂ ਦੇ ਅਲਫਾਜ਼ ਨਹੀਂ ਕਹਿ ਸਕਦਾ, ਲੇਕਿਨ ਕੀ ਹੈ ਕਿ ਉਹਨਾਂ ਦੀ ਜਿਹੜੀ ਪਲਾਨਿੰਗ ਸੀ ਨਾ, ਜੋ ਮੇਰੀ ਛੱਡੀ ਹਿਰਸ ਕਹਿ ਰਹੀ ਸੀ, ਜਿਹੜੇ ਦੁਬਾਰਾ ਕਾਲ ਆਈ ਨਾ, ਅਤੇ ਮੇਰੇ ਜ਼ਿਹਨ 'ਚ ਹੀ ਵਾਰ ਵਾਰ ਆ ਰਿਹਾ ਸੀਗਾ ਕਿ ਉਹਨਾਂ ਦੀ ਪਲਾਨਿੰਗ ਹੈਗੀ, ਇਸ ਤਰ੍ਹਾਂ ਮਿੱਠੇ ਬਣ ਕੇ ਉਹ ਰਿਕਾਰਡਿੰਗ ਕਰਦੇ ਰਹਿਣਗੇ, ਸਾਰਿਆਂ ਦੀ ਰਿਕਾਰਡਿੰਗ ਹੋਰ ਵੀ ਦੋਸਤਾਂ ਨਾਲ ਕਰਦੇ ਸੀਗੇ, ਰਿਕਾਰਡਿੰਗ ਕਰਦੇ 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 ਐਂਡ 'ਤੇ ਉਹਨਾਂ ਨੇ ਫਿਰ ਨਾ ਵੀਡੀਓ ਕੱਟ ਕੱਢ ਕੇ ਲਾ ਕੇ ਨਾ ਬਲੈਕਮੇਲ ਕਰਿਆ ਕਰਨਾ ਸੀ, ਜੋ ਮੇਰਾ ਦਿਲ ਕਹਿ ਰਿਹਾ ਠੀਕ ਹੈ ਨਾ, ਮੈਂ ਹੋ ਸਕਦਾ ਗਲਤ ਵੀ ਹੋ ਸਕਦਾ, ਲੇਕਿਨ ਉਹਨਾਂ ਦੀ ਗੱਲਾਂ ਨੇ ਸਿੱਧੀ ਤਸਦੀਕ ਕਰ ਦਿੱਤੀ, ਉਹਨਾਂ ਦੀ ਗਾਲਮ ਗਲੋਚ ਨੇ ਸਿੱਧੀ ਤਸਦੀਕ ਕਰ ਦਿੱਤੀ। ਹਾਂਜੀ, ਤੁਸੀਂ ਗੱਲ ਜਾਰੀ ਰੱਖੋ। ਤੇ ਉਹ ਇਸ ਤਰ੍ਹਾਂ ਹੋਇਆ ਕਿ ਫਿਰ ਮੈਂ ਨਾ ਇਹਨਾਂ ਨੂੰ ਫੋਨ, ਇਹਨਾਂ ਨੇ ਫੋਨ ਕਾਲ ਕੀਤੀ, ਉਹਦੇ ਉੱਤੇ ਮੈਂ ਥੋੜ੍ਹਾ ਜਿਹਾ ਇਹਨਾਂ ਨੂੰ ਜ਼ਰਾ ਦੱਸਿਆ ਕਿ ਇਹ ਚੀਜ਼ਾਂ ਤੁਹਾਡੇ ਦੀ ਕਮਜ਼ੋਰੀਆਂ ਨੇ, ਪਹਿਲੇ ਤਾਂ ਬੜੇ ਮੋਹਤਬਰ ਸੀ, ਫਿਰ ਅਚਾਨਕ ਇਹਨਾਂ ਦਾ ਨਾ ਜਿਹੜਾ ਭਿਆਨਕ ਜਿਹੜਾ ਅੰਦਰ ਸੀ ਨਾ ਉਹ ਬਾਹਰ ਆ ਗਿਆ ਸਾਰਾ, ਫਿਰ ਇਹਨਾਂ ਨੇ ਖੁੱਲ੍ਹਮ ਖੁੱਲ੍ਹਾ ਗੱਲ ਗਲੋਚ ਸ਼ੁਰੂ ਕਰ ਦਿੱਤੀ। ਮੈਂ ਕਿਹਾ ਸੋਚਣਾ ਕਿ ਇਹਨਾਂ ਦੇ ਘਰ ਨਹੀਂ ਇਹ ਵੀਡੀਓ ਦੇਖਦੇ ਹੋਣਗੇ ਠੀਕ ਹੈ ਨਾ, ਸਾਡੀ ਵੀਡੀਓ 'ਤੇ ਫੈਮਿਲੀ 'ਚ ਬਹਿ ਕੇ ਦੋ ਦੋਸਤ ਦੇਖਦੇ ਨੇ, ਅਤੇ ਫੈਮਿਲੀ 'ਚ ਬਹਿ ਕੇ ਦੋਸਤ ਦੇਖਦੇ ਨੇ, ਮੈਨੂੰ ਕਾਫੀ ਸਾਰੇ ਦੋਸਤਾਂ ਨੇ ਮਨਾ ਕੀਤਾ, ਮੈਂ ਇੱਕ ਦੋ ਵੀਡੀਓ ਲਾਈਆਂ ਕਿਸੇ ਵਾਸਤੇ, ਮੈਂ ਨਾਮ ਨਹੀਂ ਲਾਂਗਾ ਕਿਉਂਕਿ ਜਦੋਂ ਮੈਂ ਛੱਡ ਦਿੱਤਾ ਸੋ ਛੱਡ ਦਿੱਤਾ, ਮੈਂ ਕਿਸੇ ਵਾਸਤੇ ਵੀਡੀਓ ਲਾਈਆਂ ਦੋ, ਮੈਨੂੰ ਨਾ ਬਾਹਰ ਕੰਟਰੀ ਤੋਂ ਓਵਰਸੀਜ਼ ਪਾਕਿਸਤਾਨੀਆਂ ਨੇ ਪੇਸ਼ਮਾਰਾਂ ਨੇ ਫੋਨ ਕੀਤੇ, ਜਿਨ੍ਹਾਂ 'ਚ ਸਾਰੇ ਫਹਿਰਿਸਤ ਹੈਗੇ ਸੀਗੇ, ਉਹਨਾਂ ਦਾ ਨਾਮ ਮਹਤਾਬ ਭਾਈ ਠੀਕ ਹੈ ਨਾ, ਉਹ 26-27 ਲੜਕੇ ਸਾਡੇ ਇਕੱਠੇ ਰਹਿੰਦੇ ਨੇ ਰਿਆਸ ਦੇ ਵਿੱਚ, ਉਹਨਾਂ ਨੇ ਮੈਨੂੰ ਫੋਨ ਕੀਤਾ, ਉਹਨਾਂ ਨੇ ਕਿ ਅਮਜਦ ਸਾਹਿਬ ਅਸੀਂ ਹਮੇਸ਼ਾ ਅਸੀਂ ਇੰਤਜ਼ਾਰ ਜਿਹੜੇ ਨੇ, ਜਦੋਂ ਤੁਹਾਡੀ ਵੀਡੀਓ ਆਈ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੁਰੂ ਪੜੀ ਹੈ, ਅਤੇ ਅੱਜ ਤੁਹਾਡੀ ਵੀਡੀਓ ਆਈ, ਸਾਡਾ ਦਿਲ ਬੜਾ ਦੁਖਿਆ, ਅਤੇ ਮੇਰੇ ਉਹਨਾਂ ਦੀ ਗੱਲ ਸੁਣ ਕੇ ਮੇਰਾ ਵੀ ਬੜਾ ਦਿਲ ਦੁਖਿਆ ਠੀਕ ਹੈ ਨਾ। ਉਸ ਤੋਂ ਬਾਅਦ ਮੈਨੂੰ ਫੋਨ ਕੀਤਾ ਉਹਨਾਂ ਨੇ ਤਨਵੀਰ ਸਾਹਿਬ ਨੇ ਸਪੇਨ ਤੋਂ, ਫਿਰ ਤਨਵੀਰ ਭਾਈ ਨੇ ਇੱਥੋਂ ਸ਼ਦਾਰਾ ਮਾਰਕੀਟ ਤੋਂ ਇਹਨਾਂ ਨੇ ਮੈਨੂੰ ਫੋਨ ਕੀਤਾ, ਫਿਰ ਉਸ ਤੋਂ ਬਾਅਦ ਨਈਮ ਭਾਈ ਨੇ ਇੱਥੇ ਸ਼ਦਾਰਾ ਮਾਰਕੀਟ ਦਿਆ,
ਫਿਰ ਡੈਨਮਾਰਕ, ਸਪੇਨ, ਇਸ ਤਰ੍ਹਾਂ ਮੋਸਟਲੀ ਕੰਟਰੀ ਤੋਂ ਓਵਰਸੀਜ਼ ਪਾਕਿਸਤਾਨੀ ਸ਼ੁਰੂ ਕੀਤੇ, ਉਹਨਾਂ ਨੇ ਇਸ ਚੀਜ਼ ਨੂੰ ਅੱਛਾ ਨਹੀਂ ਸਮਝਿਆ ਅਤੇ ਮੈਂ ਉਹ ਵੀਡੀਓ ਚੁੱਕ ਦਿੱਤੀਆਂ ਔਰ ਮੈਂ ਆਪਣੇ ਸਬਸਕ੍ਰਾਈਬਰਾਂ ਕੋਲ ਇਸ ਚੀਜ਼ ਦੀ ਮਾਫੀ ਮੰਗਣਾ, ਮੈਂ ਇਹੋ ਜਿਹੀ ਵੀਡੀਓ ਲਾ ਕੇ ਉਹਨਾਂ ਦੇ ਦਿਲ ਨੂੰ ਠੇਸ ਪਹੁੰਚਾਈ, ਉਹਨਾਂ ਨੂੰ ਅੱਛਾ ਨਹੀਂ ਲੱਗਾ ਅਤੇ ਮੈਨੂੰ ਵੀ ਅੱਛਾ ਨਹੀਂ ਲੱਗਾ, ਅਗਰ ਉਹਨਾਂ ਨੂੰ ਅੱਛਾ ਨਹੀਂ ਲੱਗਾ ਤਾਂ ਮੈਨੂੰ ਵੀ ਅੱਛਾ ਨਹੀਂ ਲੱਗਾ, ਅਤੇ ਉਹ ਇਸ ਤਰ੍ਹਾਂ ਦੀ ਵੀਡੀਓ ਨਹੀਂ ਚਾਹੁੰਦੇ, ਉਹ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਤੁਸੀਂ ਆਪਣਾ ਕੰਮ ਕਰ ਰਹੇ ਹੋ ਜੋ ਤੁਹਾਡਾ ਕੰਟੈਂਟ ਹੈ ਉਹ ਹੀ ਕਰੋ, ਅਤੇ ਇਹਨਾਂ ਦਾ ਨਾ ਮੇਰੇ ਦਿਲ 'ਚ ਸ਼ੱਕ ਪੈ ਗਿਆ ਸੀਗਾ ਕਿ ਜਿਸ ਤਰ੍ਹਾਂ ਬਲੈਕਮੇਲ ਕਰਨਗੇ, ਉਹ ਫਿਰ ਜਿਹੜਾ ਨਾ ਸ਼ੱਕ ਮੇਰਾ ਯਕੀਨ 'ਚ ਬਦਲ ਗਿਆ। ਹੁਣ ਇਹਨਾਂ ਦਾ ਵਤੀਰਾ ਹੈਗਾ ਸੀਗਾ ਕਿ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਨਾ ਇੱਕ ਬੰਦਾ ਐਸਾ ਤਿਆਰ ਕਰਨਾ ਸੀ ਜਿਹੜਾ ਬੁਰਾਈਆਂ ਕਰੇ ਔਰ ਸਾਰਿਆਂ ਦੀ ਵੀਡੀਓ ਬਣਾਵੇ ਸਾਰਿਆਂ ਦੇ ਖਿਲਾਫ਼ ਇਹਨਾਂ ਨੇ, ਅਤੇ ਫਿਰ ਇੱਕ ਇਹਨਾਂ ਨੇ ਸਹੂਲਤਕਾਰ ਆਪਣੇ ਜੈਸਾ ਤਿਆਰ ਕਰਨਾ ਸੀ ਇੱਥੇ ਪਾਕਿਸਤਾਨ, ਜਿਹੜਾ ਇਹਨਾਂ ਦੇ ਪੈਸੇ ਫੜੇ, ਅਤੇ ਉਹ ਹੋ ਸਕਦਾ ਕਿ ਮੇਰੀ ਗੱਲ ਗਲਤ ਹੋ ਸਕੇ ਹੋਵੇ, ਇਸ ਤਰ੍ਹਾਂ ਨਾ ਹੋਵੇ, ਅਗਰ ਇਹ ਇਸ ਤਰ੍ਹਾਂ ਹੋਵੇ ਤਾਂ ਫਿਰ ਇਹਨਾਂ ਦੀ ਪਲਾਨਿੰਗ ਸੀ ਕਿ ਅਗਰ ਇਹਨਾਂ ਨੇ ਮਤਲਬ ਕਿ ਉਹ ਸਹੂਲਤਕਾਰ ਇੱਕ ਤਿਆਰ ਕਰਨਾ ਆਪਣੇ ਜੈਸਾ ਜਿਹੜਾ ਬਲੈਕਮੇਲ ਕਰਨਗੇ, ਉਹਨੂੰ ਕਹਿਣਗੇ ਵੀ ਮੈਂ ਤੇਰੇ ਕੋਲ ਇੰਨੇ ਪੈਸੇ ਦਿੰਦਾ ਤੇਰੀ, ਅਸੀਂ ਯਾਰ ਦੋਸਤ ਅਸੀਂ ਵੀਡੀਓ ਲਾ ਦਿੰਦੇ ਨਾ ਯੂਟਿਊਬਰ, ਅਤੇ ਅਸੀਂ ਇੱਕ ਦੂਸਰੇ ਨੂੰ ਕਹਿ ਕੇ ਸਾਡੀ ਕੋਈ ਵੱਡੇ ਬੈਠ ਕੇ ਗੱਲ ਨੂੰ ਮੁਕਾ ਦਿੰਦੇ ਨੇ, ਤਾਂ ਅਸੀਂ ਉਹ ਵੀਡੀਓ ਚੁੱਕ ਦਿੰਦੇ ਹਾਂ ਕਿਉਂਕਿ ਅਸੀਂ ਵੀ ਕਿਸੇ ਦੀ ਇਸ ਤੇ ਨਫਸ ਨੂੰ ਮਜਰੂਹ ਨਹੀਂ ਕਰਨਾ ਚਾਹੁੰਦੇ। ਸਹੀ ਗੱਲ, ਵਕਤੀ ਤੌਰ 'ਤੇ ਗੁੱਸਾ ਜ਼ਰੂਰ ਆਉਂਦਾ, ਲੇਕਿਨ ਬਾਅਦ 'ਚੋਂ ਅਹਿਸਾਸ ਹੁੰਦਾ ਕਿ ਅਸੀਂ ਗਲਤ ਕੀਤਾ, ਤਾਂ ਅਸੀਂ ਚੀਜ਼ਾਂ 'ਚ ਕਰ ਦਿੰਦੇ ਹਾਂ, ਖਤਮ ਕਰ ਦਿੰਦੇ ਹਾਂ। ਅਤੇ ਮੈਨੂੰ ਉਹਨਾਂ ਦਾ ਜਿਹੜਾ ਲਵੋ ਲਹਿਜਾ ਸੀ ਨਾ ਇਸ ਤਰ੍ਹਾਂ ਦਾ ਲੱਗ ਰਿਹਾ ਸੀ ਜਿਸ ਤਰ੍ਹਾਂ ਇਹਨਾਂ ਨੇ ਨਾ ਬਲੈਕਮੇਲ ਕਰਨਾ, ਬਲੈਕਮੇਲ ਦੀ ਪਲਾਨਿੰਗ, ਬਲੈਕਮੇਲ ਦੀ ਤਾਂ ਪਹਿਲੀ ਨਿਸ਼ਾਨੀ ਆਈ ਹੈ ਕਿ ਤੁਸੀਂ ਖੁਫੀਆ ਕਾਲ ਰਿਕਾਰਡ ਕਰ ਰਹੇ ਹੋ, ਠੀਕ ਹੈ ਨਾ। ਉਸ ਤੋਂ ਬਾਅਦ ਫਿਰ ਤੁਸੀਂ ਇੱਕ ਬੰਦਾ ਉਹ ਰੱਖਣਾ ਜਿੰਨੇ ਰੱਜ ਕੇ ਝੂਠ ਬੋਲਣੇ ਨੇ ਸਾਰਿਆਂ ਦੇ ਖਿਲਾਫ਼, ਜਿੰਨੇ ਨੇ ਨਾ ਇੱਧਰੋਂ ਇੱਧਰੋਂ ਸਭ ਦੇ, ਉਹ ਫਿਰ ਉਹ ਦੂਸਰੇ ਲੋਕ ਸਫਾਈਆਂ ਦੇਣ ਵਾਸਤੇ ਇਹਨਾਂ ਕੋਲ ਜਾਣ ਇਹਨਾਂ ਦੇ ਚੈਨਲ ਦੇ ਉੱਤੇ, ਨਹੀਂ ਜੀ ਅਸੀਂ ਇਸ ਤਰ੍ਹਾਂ ਨਹੀਂ ਆ, ਪਰ ਇਸ ਤਰ੍ਹਾਂ ਉਹ ਵੀਡੀਓ ਰਿਕਾਰਡਿੰਗ ਕਰ ਲੈਣਗੇ, ਵੀਡੀਓ ਰਿਕਾਰਡਿੰਗ ਕਰਕੇ ਐਂਡ 'ਚ ਉਹਨਾਂ ਨੇ ਬਲੈਕਮੇਲ ਕਰਨਾ ਸੀਗਾ, ਔਰ ਉਹ ਚੀਜ਼ ਮੇਰੇ ਖਿਆਲ ਦੇ ਵਿੱਚ ਉਹ ਇਸੇ ਤਰ੍ਹਾਂ ਹੀ ਕਰ ਰਹੇ ਨੇ। ਫਿਰ ਇਹਨਾਂ ਨੇ ਕੀ ਕਰਨਾ ਸੀਗਾ ਕਿ ਜਿਹੜੀ ਬਲੈਕਮੇਲਿੰਗ ਕਰਨੀ ਸੀ ਨਾ, ਉਹ ਪਾਕਿਸਤਾਨ ਦੇ ਵਿੱਚੋਂ ਇੱਕ ਇਹਨਾਂ ਨੇ ਸਹੂਲਤਕਾਰ ਆਪਣਾ ਤਿਆਰ ਕਰਨਾ ਸੀਗਾ, ਜਿਹਨੂੰ ਆਪਣੇ ਨਕਸ਼ੇ ਕਦਮ 'ਤੇ ਚਲਾਉਣ ਵਾਸਤੇ ਉਹਨੂੰ ਤਿਆਰ ਕਰਨਾ ਸੀ, ਉਹਦੇ ਕੋਲ ਪੈਸੇ ਫੜੇ ਜਾਂਦੇ, ਉੱਥੇ ਬੈਲਜੀਅਮ 'ਤੇ ਪੈਸੇ ਨਹੀਂ ਜਾ ਸਕਦੇ ਨਾ, ਉਹਨੂੰ ਉਹ ਪੈਸੇ ਫੜਾਏ ਜਾਣੇ ਸੀ, ਉਹ ਸਹੂਲਤਕਾਰ ਇਹਨਾਂ ਦੀ ਮਦਦ ਕਰੇਗਾ, ਉਹ ਫਿਰ ਇਹਨਾਂ ਨੂੰ ਪੈਸੇ ਪਹੁੰਚਾਏਗਾ, ਬਾਹਰ ਦੇ ਹੈਗੇ ਨੇ ਬੈਲਜੀਅਮ ਦੇ, ਉਹ ਬੈਲਜੀਅਮ ਦੇ ਨੇ, ਅਤੇ ਮੈਨੂੰ ਨਹੀਂ ਪਤਾ, ਹੋ ਸਕਦਾ ਮੈਂ ਗਲਤ ਹੋਵਾਂ, ਜੇਕਰ ਉਹ ਇਸ ਤਰ੍ਹਾਂ ਦੀ ਹਰਕਤ ਕਰਦੇ ਨੇ ਤਾਂ ਫਿਰ ਜ਼ਾਹਿਰ ਹੈ ਕਿ ਉਹ ਬਲੈਕਮੇਲਰ ਸੀ, ਬਲੈਕਮੇਲ ਕਰ ਰਹੇ ਨੇ ਬਜ਼ੁਰਗ ਆਦਮੀ ਨੇ। ਨਹੀਂ, ਉਹਨਾਂ ਨੇ ਤੁਹਾਡੀ ਰਿਕਾਰਡਿੰਗ ਕੀਤੀ, ਕਿਹੜੇ ਐਸੇ ਮਸਲੇ ਵਿੱਚ ਪੈ ਗਏ ਮਸਲੇ ਜਿਵੇਂ ਜੋ ਤੁਹਾਨੂੰ ਗਾਲਮ ਗਲੋਚ 'ਤੇ ਆ ਗਏ? ਗਾਲਮ ਗਲੋਚ 'ਚ ਪਹਿਲੇ ਨਹੀਂ ਸੀਗੇ, ਉਹਨਾਂ ਨੇ ਨਾ ਇੱਕ ਮੇਰਾ ਮਸਲਾ ਚੱਲ ਰਿਹਾ ਸੀਗਾ ਕਿਸੇ ਦੋਸਤ ਦੇ ਨਾਲ, ਬੜਾ ਅੱਛਾ ਬੰਦਾ, ਲੇਕਿਨ ਮੈਂ ਉਹਦੇ ਨਾਲ ਐਸੀ ਨਹੀਂ ਸੀ ਹਰਕਤ ਕਰਨਾ ਚਾਹੁੰਦਾ, ਮੈਂ ਉਹੀ ਆਪਣੇ ਸਬਸਕ੍ਰਾਈਬਰ ਕੋਲੋਂ ਮਾਫੀ ਮੰਗਦਾ ਨਾ ਕਿ ਮੈਂ ਗਲਤ ਕੀਤਾ, ਮੈਂ ਕਿਸੇ ਦੀ ਵੀਡੀਓ ਲਾ ਕੇ ਕਿਸੇ ਦੀ ਨਫਸ ਨੂੰ ਮਜਰੂਹ ਕੀਤਾ, ਮੈਨੂੰ ਨਹੀਂ ਸੀ ਕਰਨਾ ਚਾਹੀਦਾ। ਉਹਨਾਂ ਨੇ ਮੈਨੂੰ ਉਸੇ ਵੀਡੀਓ ਦੇ ਉੱਤੇ ਉਹਨਾਂ ਨੇ ਡਿਸਕਸ ਕਰਨ ਵਾਸਤੇ ਨਾ ਫੋਨ ਕੀਤਾ, ਅਮਜਦ ਸਾਹਿਬ ਤੁਹਾਡੇ ਨਾਲ ਅੱਛਾ ਨਹੀਂ ਹੋਇਆ, ਇਸ ਤਰ੍ਹਾਂ ਅਤੇ ਇਸ ਤਰ੍ਹਾਂ ਹਮਦਰਦੀਆਂ ਲੈਣੀਆਂ ਸ਼ੁਰੂ ਕਰਤੀਆਂ ਕਿ ਮੈਂ ਉਹਨਾਂ ਦੇ ਖਿਲਾਫ਼ ਬੋਲਾਂ। ਇਤਫਾਕ ਦੀ ਗੱਲ ਹੈ ਕਿ ਮੇਰੀ ਛੱਟੀ ਹਿਰਸ ਮੈਨੂੰ ਕਹਿ ਰਹੀ ਸੀ ਕਿ ਮੈਨੂੰ ਨਹੀਂ ਬੋਲਣਾ ਚਾਹੀਦਾ, ਠੀਕ ਹੈ ਨਾ। ਮੈਂ ਈਵਨ ਕਿ ਉਹਨਾਂ ਨਾਲ ਥੋੜ੍ਹੀ ਬਹੁਤ ਗੱਲ ਕੀਤੀ, ਲੇਕਿਨ ਉਹ ਐਂਡ ਦੇ ਉੱਤੇ ਕਹਿੰਦੇ ਅੱਛਾ ਅਮਜਦ ਸਾਹਿਬ ਤੁਹਾਡੀ ਮੈਂ ਰਿਕਾਰਡਿੰਗ ਕਰ ਰਿਹਾ ਅਤੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਲਾ ਦਿਆਂ, ਅਤੇ ਅਗਰ ਮੈਂ ਉਹਨਾਂ ਨੂੰ ਕਹਿੰਦਾ ਨਾ ਕਿ ਮੈਂ ਨਾ ਲਾਣਾ ਅਤੇ ਉਹਨਾਂ ਨੇ ਫਿਰ ਪਤਾ ਕੀ ਕਹਿਣਾ ਸੀ, ਲਾਤ ਉਹਨਾਂ ਨੇ ਫਿਰ ਵੀ ਦੇਣੀ ਸੀ, ਫਿਰ ਉਹਨਾਂ ਨੇ ਕਹਿਣਾ ਸੀ ਮੇਰੀਆਂ ਮਿੰਨਤਾਂ ਕਰ ਰਿਹਾ, ਮੇਰੇ ਗੋਡੇ ਫੜੇ ਉਹਨਾਂ ਨੇ, ਮੇਰੇ ਤਰਲੇ ਕਰ ਰਿਹਾ ਸੀਗਾ। ਮੈਂ ਕਿਹਾ ਲਾ ਦਿਓ ਖੁੱਲ੍ਹੇ ਦਿਲ ਨਾਲ, ਮੈਂ ਆਪਣੀ ਗੱਲ 'ਤੇ ਕਾਇਮ ਹਾਂ, ਜਦੋਂ ਦੁਬਾਰਾ ਉਹ ਐਸੀ ਚੱਕਰ 'ਚ ਆਏ ਕਿ ਮੈਂ ਘੇਰਾ ਪਾਵਾਂ, ਸ਼ਿਕੰਜੇ 'ਚ ਲਿਆਵਾਂ, ਫਿਰ ਜ਼ਾਹਿਰ ਦੇਖੋ ਜੋ ਰਿਐਲਿਟੀ ਸੀ ਮੈਂ ਉਹਨਾਂ ਅੱਗੇ ਬਿਆਨ ਕਰ ਦਿੱਤੀ। ਕੀ ਐਸੀਆਂ ਗੱਲਾਂ ਸੀ ਕਿ ਕਿਸੇ ਨਾਲ ਫਸਾਦ ਪੈ ਰਿਹਾ ਸੀ, ਲੜਾਈ ਹੋਣੀ ਸੀ? ਹਾਂਜੀ, ਫਸਾਦ ਮਤਲਬ ਕਿ ਦੂਸਰੇ ਯੂਟਿਊਬਰ ਦੇ ਖਿਲਾਫ਼ ਉਕਸਾਉਣਾ, ਉਹਨਾਂ ਦੀਆਂ ਗੱਲਾਂ ਪੁੱਛਣੀਆਂ, ਤੁਸੀਂ ਕਬੂਤਰਾਂ ਦੀ ਗੱਲਾਂ ਪੁੱਛੋ ਜਿਸ ਫੀਲਡ 'ਚ ਅਸੀਂ ਕੰਮ ਕਰਦੇ ਹਾਂ, ਸਾਡੇ ਕੋਲ ਪੁੱਛੋ ਜੌਨ ਸਿਰਾ ਕਿਹੋ ਜਿਹਾ ਅੱਛਾ ਉੱਡਦਾ, ਕਲਸੀਰਾ ਕਿਹੋ ਜਿਹਾ ਅੱਛਾ ਉੱਡਦਾ, ਰਾਇਲ ਟਾੜੀ ਕਿਹੋ ਜਿਹਾ, ਰਾਮਪੁਰੀ ਕਿਹੋ ਜਿਹਾ, ਮੰਡੀ 'ਚ ਕਿਸ ਤਰ੍ਹਾਂ ਦਾ ਕੰਮ ਹੁੰਦਾ, ਜੋ ਅਸੀਂ ਕੰਮ ਕਰਦੇ ਹਾਂ ਉਹਨਾਂ ਨੂੰ ਸਾਡੇ ਇਸ ਟੌਪਿਕ 'ਤੇ ਗੱਲ ਕਰਨੀ ਚਾਹੀਦੀ ਸੀ, ਸਾਡੇ ਟੌਪਿਕ ਤੋਂ ਹਟ ਕੇ ਗੱਲ ਸਾਡੀ ਜ਼ਾਤੀ ਆਦਤ ਨਹੀਂ ਸੀ ਕਰਨੀ ਚਾਹੀਦੀ ਜਾਂ ਕਿਸੇ ਦੀ ਜ਼ਾਤੀ ਆਦਤ ਨਹੀਂ ਸੀ ਕਰਨੀ ਚਾਹੀਦੀ, ਇਹ ਅੱਛਾ ਸਲੂਕ ਨਹੀਂ ਸੀ, ਮੈਨੂੰ ਛੱਡੀ ਇਸੇ ਇੱਥੇ ਹੀ ਅਗਾਹ ਕਰ ਰਹੀ ਸੀ। ਜਦੋਂ ਉਹਨਾਂ ਨੇ ਇਸ ਚੀਜ਼ ਤੋਂ ਹਟ ਕੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਮੈਂ ਸਮਝਿਆ, ਮੈਂ ਕਿਹਾ ਬਲੈਕਮੇਲਰ ਨੇ।
ਤੇ ਉਹਨਾਂ ਨੇ ਉਹ ਸਾਬਤ ਕੀਤੇ ਆਪਣੀ ਗੱਲਾਂ ਸਾਬਤ ਕੀਤੀਆਂ। ਬਾਕੀ ਮੇਰੀ ਉਹਨਾਂ ਜੈਸੀ ਤਰਬੀਅਤ ਨਹੀਂ ਹੈ ਕਿ ਮੈਂ ਉਹਨਾਂ ਨਾਲ ਗਾਲ ਗਲੋਚੀ ਕਰਾਂ। ਉਹਨਾਂ ਦਾ ਚਿੱਟੇ ਵਾਲ ਨੇ, ਉਹਨਾਂ ਦੀ ਉਮਰ ਚ ਵੱਡੇ ਨੇ। ਮੈਂ ਇਤਰਾਮ ਉਹਨਾਂ ਨੂੰ ਕਹਾਂਗਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਸੇਵ ਨਹੀਂ ਦਿੰਦੀਆਂ। ਠੀਕ ਹੈ, ਤੁਹਾਡੀ ਰਿਕਾਰਡਿੰਗ ਕਰ ਲਿੱਤੀ ਉਹਨਾਂ ਨੇ, ਅਸੀਂ ਮੰਨ ਲਏ ਤਾਂ। ਹਾਂਜੀ, ਉਹਦੇ ਚ ਕੋਈ ਐਸੀ ਤੁਸੀਂ ਗੱਲ ਵੀ ਨਹੀਂ ਕੀਤੀ ਜੀ? ਉਸ ਦੇ ਬਾਅਦ ਉਹ ਕਿਸ ਹੱਦ ਤੀਕਰ, ਇੰਨੀ ਹੱਦ ਤੀਕਰ ਕਿਵੇਂ ਪਹੁੰਚੇ ਨੇ? ਕਿਉਂਕਿ ਉਹਨਾਂ ਨੇ ਇੱਕ ਹੋਰ ਬੰਦੇ ਨਾਲ ਪ੍ਰੋਗਰਾਮ ਕੀਤਾ ਜਿਹਦੇ ਚੋਂ ਮੇਰੀਆਂ ਬੁਰਾਈਆਂ ਕਰ ਰਹੇ ਸੀਗੇ। ਅੱਛਾ, ਇੱਕ ਤੇ ਕਹਿੰਦੇ ਮੰਡੀ 'ਚ ਖੜਾ ਹੋ ਕੇ ਰੋ ਰਿਹਾ ਸੀ, ਇਹ ਤੇ ਆਪਣੀ ਪੈਦਾ ਤੇ ਚੱਕਰ ਸੀ, ਇੱਥੇ ਕੀ ਪੈਦਾ? ਤੁਸੀਂ ਦੇਖੀ ਹਰ ਬੰਦਾ ਤੁਹਾਡੇ ਸਾਹਮਣੇ ਮੇਰੀ ਕਿਸ ਤਰ੍ਹਾਂ ਮਿਲ ਰਿਹਾ, ਤੁਹਾਡੀ ਤੇ ਬੜੀ ਇੱਜ਼ਤ ਹੈ। ਹਾਂਜੀ, ਇੱਥੇ ਕੋਈ ਨਹੀਂ ਕਰ ਸਕਦਾ, ਆਪ ਕਰਨ ਇੱਥੇ ਆ ਕੇ ਮਿਹਨਤ ਕਰਨ, ਇਸ ਤਰ੍ਹਾਂ ਸੁਬਹਾ ਆ ਕੇ ਕਰਨ। ਉਹ ਸਾਡੀ ਸਾਰੀ ਮਿਹਨਤ ਖੋ ਕੇ ਉੱਥੇ ਕੁਰਸੀ ਤੇ ਬੈਠੇ, ਉਹਨਾਂ ਦਾ ਕੰਮ ਪਤਾ ਕੀ ਹੈ? ਕੁਰਸੀ ਤੇ ਬਹਿ ਕੇ ਪ੍ਰੋਗਰਾਮ ਕਰ ਲੈਣਾ, ਬਾਥਰੂਮ 'ਚ ਬਹਿ ਕੇ ਸੋਚ ਲੈਣਾ ਕਿ ਕਿਹਦੇ ਬਾਰੇ ਅੱਗੇ ਪ੍ਰੋਗਰਾਮ ਕਰਨਾ, ਕਿਉਂਕਿ ਬਾਥਰੂਮ ਤੋਂ ਬਿਹਤਰ ਸੋਚਣ ਵਾਲੀ ਜਗ੍ਹਾ ਕੋਈ ਨਹੀਂ ਹੋ ਰਹੀ। ਠੀਕ ਹੈ ਨਾ, ਉਹਨਾਂ ਨੇ ਕਮੋੜ ਤੇ ਬਹਿ ਕੇ ਸੋਚ ਕੇ ਤੇ ਬਾਹਰ ਆ ਕੇ ਕੁਰਸੀ ਤੇ ਬਹਿ ਕੇ ਅਗਲੇ ਦੇ ਖਿਲਾਫ਼ ਪ੍ਰੋਗਰਾਮ ਕਰ ਦੇਣਾ। ਉਹ ਚਾਹੁੰਦੇ ਨੇ ਸਾਡੀਆਂ ਜਿਹੜੀਆਂ ਮਿਹਨਤਾਂ ਨੇ, ਕੋਈ ਵੀ ਮੇਰਾ ਦੋਸਤੋ ਮੇਰੀ ਅਗਰ ਆਪ ਬਾਤ ਸੁਣ ਰਹੇ, ਮੇਰੀ ਵੀਡੀਓ ਆਪ ਤੱਕ ਪਹੁੰਚੇ, ਤੋ ਆਪਸੇ ਮੋਦਵਾਨਾ ਗੁਜ਼ਾਰਿਸ਼ ਹੈ ਕਿ ਆਪਕੋ ਕਭੀ ਵੀ ਕਭੀ ਇਸ ਤਰ੍ਹਾਂ ਕੀ ਕਾਲ ਆਏ ਨਾ, ਆਪਕੋ ਆਪਕੇ ਟੌਪਿਕ ਸੇ ਹਟ ਕੇ, ਆਪਕੇ ਕਾਮ ਸੇ ਹਟ ਕੇ ਆਪਸੇ ਕੋਈ ਸਵਾਲਾਤ ਕਰਤਾ, ਤੋ ਸਮਝ ਲੈਣਾ ਕਿ ਉਹ ਆਪਕੀ ਰਿਕਾਰਡਿੰਗ ਕਰ ਰਿਹਾ ਹੈ, ਬਾਅਦ ਮੇਂ ਵੋ ਆਪਕੋ ਬਲੈਕਮੇਲ ਕਰੇਗਾ। ਬੜੀ ਇਤਿਹਾਸ ਸੇ ਬਾਤ ਕਰੇਂ, ਮੈਂ ਸਭਕੋ ਅਗਾਹ ਕਰੂੰ, ਬੜੇ ਪਿਆਰ ਸੇ ਬਾਤ ਕਰੇਂ ਔਰ ਬੜੀ ਇਤਿਹਾਸ ਸੇ ਬਾਤ ਕਰੇਂ, ਆਪਣੇ ਦਾਇਰੇ ਸੇ ਕਭੀ ਨਾ ਬਾਹਰ ਨਿਕਲੇ। ਅਗਰ ਆਪ ਕਬੂਤਰੋਂ ਕਾ ਕਾਮ ਕਰ ਰਹੇ ਹੈ ਤੋ ਕਬੂਤਰੋਂ ਕੇ ਟੌਪਿਕ ਪੇ ਹੀ ਬਾਤ ਕਰੇਂ, ਕਿਸੀ ਉਸਤਾਦ, ਕਿਸੀ ਸ਼ਾਗਿਰਦ ਜਾਂ ਕਿਸੀ ਯੂਟਿਊਬਰ ਜਾਂ ਕਿਸੀ ਹੋਰ ਚੀਜ਼ ਕੇ ਉੱਪਰ ਆਪ ਕਭੀ ਬਾਤ ਨਾ ਕਰੇਂ। ਜੋ ਆਪਕੋ ਇਸ ਬਾਤ ਕੀ ਤਰਫ ਉਕਸਾਏਗਾ ਵੋ ਆਪਕੋ ਯਕੀਨਨ ਬਾਅਦ ਮੇਂ ਬਲੈਕਮੇਲ ਕਰੇਗਾ। ਤੋ ਯੇ ਇੱਕ ਬਿਜ਼ਨਸ ਚੱਲ ਰਿਹਾ ਹੈ। ਯੇ ਅਮਜਦ ਅਲੀ ਅਫੀਸ਼ਲ ਚੈਨਲ ਦੇਖਣੇ ਵਾਲਿਆਂ ਕੇ ਲੀਏ ਵੀ ਹੈ, ਅਰਬਾਜ਼ ਭਾਈ ਕੇ ਜੋ ਚੈਨਲ ਦੇਖਣੇ ਵਾਲੇ ਹੈ ਉਨਕੇ ਲੀਏ ਵੀ, ਔਰ ਵੀ ਜੋ ਦੇਗਰ ਚੈਨਲ ਹੈ ਹਮਾਰੇ, ਸਾਰੇ ਮਾਸ਼ਾਅੱਲਾ ਅੱਛਾ ਕਾਮ ਕਰ ਰਹੇ ਹੈ, ਤੋ ਯੇ ਉਨਕੇ ਲੀਏ ਵੀ ਹੈ। ਤੋ ਆਪ ਯੇ ਚੀਜ਼ ਦੇਖੇਂ ਕਿ ਅਗਰ ਮੇਰੀ ਬਾਤ ਗਲਤ ਵੀ ਹੋ ਸਕਤੀ ਹੈ, ਮੇਰਾ ਯੇ ਸ਼ੱਕ ਹੈ ਕਿ ਜੈਸੇ ਵੋ ਇੱਕ ਆਦਮੀ ਯਹਾਂ ਪੇ ਵੋ ਬੁਰਾਈ ਕੇ ਲੀਏ ਤਿਆਰ ਕਰ ਰਹੇ ਥੇ ਕਿ ਯੇ ਬੁਰਾਈ ਕਰੇ, ਇਸਕੀ ਮੈਂ ਵੀਡੀਓ ਲਗਾਊਂ, ਔਰ ਵੋ ਉਸੇ ਨਦਾਨ ਕੋ ਫਸਾਇਆ ਜਾਤਾ ਹੈ, ਯੇ ਵੋ ਨਦਾਨ ਆਦਮੀ ਕੋ ਫਸਾਤੇ ਥੇ। ਠੀਕ ਹੈ ਨਾ, ਨਦਾਨੀ ਮੇਂ ਬੰਦਾ ਬਾਤ ਕਰ ਹੀ ਦੇਤਾ, ਕੋਈ ਬੜੀ ਬਾਤ ਨਹੀਂ ਹੈ, ਯਾਦਗਾਰ ਗੁਜ਼ਰ ਵੀ ਹੋ ਜਾਤਾ ਹੈ, ਵੀਡੀਓ ਡਿਲੀਟ ਵੀ ਹੋ ਜਾਤੀ ਹੈ, ਮਾਜ਼ਰਤੇ ਵੀ ਹੋ ਜਾਤੀ ਹੈ, ਮਾਫ਼ ਕਰ ਦੇਣਾ ਬੜਾ ਬੜਾ ਬੜਾਪਨ ਹੈ। ਅੱਲਾਹ ਤਾਲਾ ਕੀ ਜ਼ਾਤ ਪਾਕ ਪਸੰਦ ਵੀ ਉਸੇ ਕਰਤੀ ਹੈ ਜੋ ਮਾਫ਼ ਕਰਨੇ ਮੇਂ ਪਹਿਲ ਕਰਤਾ ਹੈ। ਠੀਕ ਹੈ ਨਾ, ਅੱਲਾਹ ਤਾਲਾ ਕੀ ਜ਼ਾਤ ਪਾਕ ਉਸੇ ਜੀ ਜੀ ਅਮਜਦ ਭਾਈ, ਆਪਣੇ ਆਪਣੀ ਤਰਫ ਸੇ ਆਪਣੇ ਲੋਕ ਹੋਈ ਜੀ, ਤੁਸੀਂ ਕੋਈ ਐਸੀ ਸਖ਼ਤ ਅਲਫਾਜ਼ ਬੋਲੇ ਹੋਣ ਜਾਂ ਐਸੀ ਕੋਈ ਹਰਕਤ ਕਰ ਦਿੱਤੀ ਹੋਣ ਜਿਹਦੇ ਤੋਂ ਤਪੇ ਹੋਣ? ਮੇਰਾ ਖਿਆਲ ਮੈਨੇ ਆਪਕੇ ਜੋ ਵੀ ਪ੍ਰੋਗਰਾਮ ਕਰ ਰਹਾ ਹੂੰ, ਜੋ ਜਿਹੜਾ ਮੈਂ ਪ੍ਰੋਗਰਾਮ ਕਰ ਰਿਹਾ, ਇਹਦੇ 'ਚ ਮੇਰਾ ਖਿਆਲ ਮੈਂ ਤਹਿਜ਼ੀਬ ਦੇ ਦਾਇਰੇ 'ਚੋਂ ਬਾਹਰ ਨਹੀਂ ਨਿਕਲਿਆ। ਸਖ਼ਤ ਗੱਲ ਕੋਈ ਨਹੀਂ ਕੀਤੀ, ਹੁਣ ਤੁਹਾਡੇ ਸਾਹਮਣੇ ਕੋਈ ਸਖ਼ਤ ਗੱਲ ਤੁਹਾਨੂੰ ਮਹਿਸੂਸ ਹੋ ਰਹੀ? ਬਲੈਕਮੇਲਿੰਗ ਵਾਲਾ ਕੰਮ ਸੀਗਾ ਨਾ, ਅਤੇ ਮੈਨੂੰ ਜਿੱਥੇ ਜੇਕਰ ਸ਼ੱਕ ਹੈ, ਉਹ ਇੱਕ ਆਪਣਾ ਸਹੂਲਤਕਾਰ, ਉਹਨਾਂ ਨੇ ਦੋ ਬੰਦੇ ਤਿਆਰ ਕਰਦੇ ਸੀਗੇ, ਇੱਕ ਬੰਦੇ ਕੋਲ ਬੁਰਾਈ ਕਰਾਉਣੀ ਸੀ, ਉਸ ਤੋਂ ਬਾਅਦ ਉਹਨੂੰ ਵੀ ਛੱਡ ਦੇਣਾ ਸੀ ਇਹਨਾਂ ਨੇ, ਐਂਡ 'ਚ ਉਹਦੀ ਵੀ ਬੁਰਾਈ ਕਰਨੀ ਸੀ। ਜੋ ਮੇਰਾ ਦਿਲ ਕਹਿੰਦਾ, ਜੋ ਮੇਰੀ ਛੱਟੀ ਉਸ ਕਹਿੰਦੀ, ਹੋ ਸਕਦਾ ਮੈਂ ਗਲਤ ਹੋਵਾਂ, ਅਤੇ ਇਸ ਤਰ੍ਹਾਂ ਨਾ ਹੋਵੇ, ਮੈਂ ਕਹਿੰਦਾ ਕਿ ਇਸ ਤਰ੍ਹਾਂ ਨਾ ਹੋਵੇ, ਅਗਰ ਹੋ ਸਕਦਾ ਕਿ ਇਸ ਤਰ੍ਹਾਂ ਹੋ ਜਾਵੇ ਤਾਂ ਫਿਰ ਤਾਂ ਮੈਂ ਪਰਫੈਕਟ ਹੋਵਾਂਗਾ ਨਾ 100%। ਜੋ ਕਿਸੇ ਨੂੰ ਬਲੈਕਮੇਲ ਕਰਨ, ਫਿਰ ਉਹਦੇ ਕੋਲ ਪੈਸਿਆਂ ਦੀ ਡਿਮਾਂਡ ਕਰਨ, ਅਸਲ ਦੇ ਵਿੱਚ ਉਹ ਪੈਸਿਆਂ ਦਾ ਦੱਸ ਕੇ ਆਪਣੀ ਸੈਲਰੀ 25 ਲੱਖ ਰੁਪਇਆ ਦੱਸ ਕੇ, 25 ਲੱਖ ਰੁਪਇਆ ਕਿਸੇ ਜਗ੍ਹਾ 'ਤੇ ਨਹੀਂ ਮਿਲਦੀ, ਪੂਰੀ ਦੁਨੀਆ ਦੇ ਵਿੱਚ ਸਾਡੇ ਵੀ ਜਾਣਨ ਵਾਲੇ ਨੇ, 25 ਲੱਖ ਰੁਪਇਆ ਕਿੱਥੇ ਮਿਲਦਾ? 5-6 ਲੱਖ ਬਹੁਤ ਜ਼ਿਆਦਾ ਹੋਇਆ, 7, ਮੈਂ ਕਹਿੰਦਾ ਕਿ ਐਂਡ ਵੀ ਕਰ ਲਓਗੇ ਤਾਂ 10 ਲੱਖ ਤੋਂ ਉੱਤੇ ਨਹੀਂ ਹੈਗਾ। ਅਤੇ ਉਹ ਕਹਿ ਰਹੇ ਨੇ ਮੈਂ 5 ਲੱਖ ਲੈ ਰਿਹਾ, 5 ਲੱਖ ਇਸੀ ਸੂਰਤ 'ਤੇ ਮਿਲ ਰਿਹਾ ਹੋਣਾ ਨਾ, ਜਾਂ ਜੋ ਉੱਥੇ 41 ਸਾਲ ਉਮਰ ਹੋ ਗਈ, ਰਿਟਾਇਰਡ ਲਾਈਫ ਗੁਜ਼ਾਰੇ ਨੇ, ਉੱਥੇ ਦੀ ਗੌਰਮੈਂਟ ਨੂੰ ਦੱਸਿਆ ਹੋਏਗਾ ਕਿ ਮੈਨੂੰ ਇਹ ਮਸਲਾ ਜਾਂ ਮੈਨੂੰ ਇਹ ਬਿਮਾਰੀ ਹੈ, ਜਿਹਦੀ ਵਜ੍ਹਾ ਤੋਂ ਗੌਰਮੈਂਟ ਫੰਡ ਦਿੰਦੀ ਹੋਏਗੀ ਉਹਨਾਂ ਨੂੰ, ਤੋ ਫੰਡ ਇਸਤੇਮਾਲ ਕਰਦੇ ਹੋਣਗੇ। ਇਸ ਤਰ੍ਹਾਂ ਹੋ ਜਾਂਦਾ, ਜਿਸ ਤਰ੍ਹਾਂ ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਫੰਡ ਦਿੱਤੇ ਜਾਂਦੇ ਨੇ ਸਰਕਾਰੀ ਕਰਨ, ਅਤੇ ਇਸ ਤਰ੍ਹਾਂ ਉਹ ਪੈਸੇ ਲੈ ਰਹੇ ਹੋਣਗੇ। ਠੀਕ ਹੈ ਨਾ, ਅਤੇ ਉਹ ਜਿਹੜੀਆਂ ਸਾਡੀਆਂ ਮਿਹਨਤਾਂ ਨੇ ਨਾ, ਉਹ ਉੱਥੇ ਕੁਰਸੀ 'ਤੇ ਬੈਠ ਕੇ ਹੀ ਕੈਸ਼ ਕਰਨਾ ਚਾਹੁੰਦੇ ਸੀ, ਇੱਕ ਦੂਸਰੇ ਨੂੰ ਆਪਸ ਵਿੱਚ ਲੜਾ ਕੇ। ਤੋ ਮੇਰੀ ਸਾਰੇ ਯੂਟਿਊਬਰਾਂ ਨਾਲ ਗੁਜ਼ਾਰਿਸ਼ ਹੈ
ਕਿ ਤੁਸੀਂ ਕਿਸੇ ਦੀਆਂ ਗੱਲਾਂ 'ਤੇ ਨਾ ਆਓ ਔਰ ਸਹੂਲਤਕਾਰ ਕਦੇ ਨਾ ਬਣਨਾ। ਸਹੂਲਤਕਾਰ ਦੀ ਬੇਸੀ ਜ਼ਿਆਦਾ ਹੁੰਦੀ ਜੇ ਯਾਦ ਰੱਖਣਾ, ਉਹਨਾਂ ਨੇ ਐਂਡ ਸਹੂਲਤਕਾਰ ਨੂੰ ਵੀ ਵਿਜ਼ਿਟ ਕਰਨਾ ਹੈ, ਉਹਨਾਂ ਨੇ ਉਸ ਬੰਦੇ ਨੂੰ ਵੀ ਵਿਜ਼ਿਟ ਕਰਨਾ ਹੈ ਕਿ ਜਿਹੜਾ ਇਲਜ਼ਾਮ ਤਰਾਸ਼ੀ ਕਰੇਗਾ, ਕਿ ਜਿਹੜਾ ਇਹਨਾਂ ਦੇ ਮਤਲਬ ਕਿਸੇ ਦੇ ਖਿਲਾਫ਼ ਵੀਡੀਓ ਬਣਾਏਗਾ, ਜਦੋਂ ਉਹ ਇਹਨਾਂ ਦੇ ਕੰਮ ਦਾ ਨਹੀਂ ਨਾ ਦੇਗਾ, ਉਸ ਤੋਂ ਬਾਅਦ ਉਹਨਾਂ ਨੇ ਫਿਰ ਉਹਦੀ ਗਿੱਟੀ ਫੜਨੀ ਹੈ, ਫੜ ਕੇ ਫਿਰ ਉਹਦੀ ਬਦਨਾਮੀਆਂ ਉਹਦੇ 'ਤੇ ਵੀਡੀਓ ਉਹਨਾਂ ਨੇ ਲਾਉਣੀ ਹੈ, ਠੀਕ ਹੈ ਨਾ। ਔਰ ਉਸ ਤੋਂ ਬਾਅਦ ਸਹੂਲਤਕਾਰ ਦੇ ਉੱਤੇ ਆ ਜਾਣਾ, ਸਹੂਲਤਕਾਰ ਨੇ ਜਦੋਂ ਪੈਸੇ ਜ਼ਿਆਦਾ ਮੰਗਣੇ ਨਾ, ਮੇਰੇ ਇੰਨਾ ਹਿੱਸਾ ਮੇਰਾ, ਲਓ ਜੀ ਫਿਰ ਉਹਦੀ ਵੀ ਹਾਰ ਜਾਣੀ ਹੈ, ਇੰਨੇ ਫਲਾਂ ਬੰਦੇ ਕੋਲ ਵੀ ਪੈਸੇ ਲਏ ਨੇ, ਇੰਨੇ ਫਲਾਂ ਬੰਦੇ ਕੋਲ ਵੀ ਪੈਸੇ ਲਏ ਨੇ, ਸਹੂਲਤਕਾਰ ਵੀ ਫਸ ਜਾਏਗਾ। ਸਹੂਲਤਕਾਰ ਇਹ ਨਾ ਸਮਝੇ ਕਿ ਮੈਨੂੰ ਮੇਰੀ ਕੁਝ ਨਹੀਂ ਹੋਏਗਾ, ਮੈਂ ਤਾਂ ਇੰਝ ਤਿਉਂਝ, ਸਹੂਲਤਕਾਰ ਨੂੰ ਦੁਨੀਆ ਨਹੀਂ ਜੀਣ ਦੇਗੀ ਫਿਰ ਬਾਅਦ 'ਚੋਂ। ਅਤੇ ਜਿਹਨਾਂ ਦੋਸਤਾਂ ਨੇ ਆਪਣੇ ਚੈਨਲ 'ਤੇ ਮਿਹਨਤ ਕੀਤੀ ਹੈ, ਐਸੇ ਹੱਥਕੰਡਿਆਂ ਤੋਂ ਬਚੋ ਔਰ ਐਸੇ ਦੋਸਤਾਂ ਕੋਲੋਂ, ਐਸੇ ਲੋਕਾਂ ਕੋਲੋਂ ਬਚੋ ਕਿ ਜਿਹੜਾ ਤੁਹਾਡੇ ਬੱਚਿਆਂ ਦੀ ਰੋਟੀ ਦਾ ਦੁਸ਼ਮਣ ਬਣਨ। ਔਰ ਕਾਲ ਕਰਦੇ ਵਕਤ ਇਹਤਿਆਤ ਕਰੋ, ਸੁਣਨ ਦੇ ਵਕਤ ਇਹਤਿਆਤ ਕਰੋ, ਗੱਲ ਕਰਦੇ ਵਕਤ ਇਹਤਿਆਤ ਕਰੋ, ਤਹਿਜ਼ੀਬ ਦਾ ਦਾਇਰਾ ਕਦੇ ਨਾ ਛੱਡੋ। ਤਹਿਜ਼ੀਬ ਦਾ ਦਾਇਰਾ ਜਿੱਥੇ ਛੱਡ ਦੋਗੇ ਉੱਥੇ ਤੁਸੀਂ ਫਸ ਜਾਓਗੇ, ਕਿਉਂਕਿ ਇਸ ਬੜਾ ਨਾਜ਼ੁਕ ਦੌਰ ਜਾ ਰਿਹਾ ਦੋਸਤੋ, ਹਰ ਬੰਦਾ ਸ਼ਿਕਾਰ ਦੇ ਤਲਾਸ਼ 'ਚ ਬੈਠਾ ਹੈ। ਅੱਲਾਹ ਤਾਲਾ ਦੀ ਜ਼ਾਤ ਪਾਕ ਨੇ ਮੈਨੂੰ ਬਚਾ ਲਿਆ, ਮੈਂ ਬਚਿਆ ਅੱਲਾਹ ਦੀ ਰਹਿਮਤ ਨਾਲ, ਮੇਰੀ ਆਪਣੀ ਕੋਈ ਫਨਕਾਰੀ ਨਹੀਂ, ਸਿਰਫ ਔਰ ਸਿਰਫ ਅੱਲਾਹ ਦੀ ਰਹਿਮਤ ਨਾਲ ਬਚਿਆ। ਜੇ ਅੱਲਾਹ ਦੀ ਰਹਿਮਤ ਨਾਲ ਨਾ ਹੁੰਦੀ ਤੇ ਸ਼ਾਇਦ ਮੈਂ ਵੀ ਬੜਾ ਕੁਛ ਬੋਲ ਜਾਂਦਾ, ਮੈਨੂੰ ਮੇਰੇ ਅੱਲਾਹ ਨੇ ਬਚਾ ਲਿਆ, ਮੈਂ ਆਪਣੇ ਅੱਲਾਹ ਦੀ ਜ਼ਾਤ ਦਾ ਸ਼ੁਕਰ ਕਰਦਾ। ਉਹਨਾਂ ਨੂੰ ਕੋਈ ਮੈਸੇਜ, ਕੋਈ ਪੈਗਾਮ ਉਹਨਾਂ ਵਾਸਤੇ ਦੇਖੋ ਜੀ, ਉਹਨਾਂ ਵਾਸਤੇ ਮੈਸੇਜ ਮੇਰੇ ਬਜ਼ੁਰਗ ਵੱਡਿਆਂ ਤਰ੍ਹਾਂ ਨੇ, ਮੈਂ ਕਿਉਂ ਉਹਨਾਂ ਦੀ ਜ਼ਬਾਨ ਇਸਤੇਮਾਲ ਕਰਾਂਗੇ ਜਿਹਨਾਂ ਦੇ ਨਾਲ ਦੇਖਣ ਵਾਲੇ ਦੀ ਵੀ ਦਿਲ ਆਜ਼ਾਰੀ ਹੋਵੇ, ਮੇਰੀ ਤਰਬੀਅਤ ਐਸੀ ਨਹੀਂ ਹੈ। ਉਹਨਾਂ ਵਾਸਤੇ ਇਹੀ ਮੈਸੇਜ ਹੈ ਕਿ ਅੱਛੇ ਅੱਛੇ ਕੰਮ ਕਰੋ, ਆਪਣੀਆਂ ਕੋਈ ਕਜ਼ਾ ਨਮਾਜ਼ਾਂ ਪੜ੍ਹੋ, ਕੋਈ ਅੱਲਾਹ ਤੋਬਾ ਕਰੋ, ਕੋਈ ਖੈਰ ਖੈਰਾਤ ਕਰੋ ਜੀ, ਅਸੀਂ ਆਪਣੇ ਮਤਲਬ ਕਿ ਕੋਈ ਐਸਾ ਕੰਮ ਕਰੋ ਕਿ ਜਿਹੜਾ ਕਰਨ ਦੇ ਨਾਲ ਤੁਹਾਨੂੰ ਦਿਲੀ ਸਕੂਨ ਹੋਵੇ ਔਰ ਦੇਖਣ ਵਾਲੇ ਨੂੰ ਵੀ ਦਿਲੀ ਸਕੂਨ ਹੋਵੇ। ਇਹ ਨਾ ਹੋਵੇ ਲੋਕ ਤੁਹਾਨੂੰ ਤਨਕੀਦ ਦਾ ਨਿਸ਼ਾਨਾ ਬਣਾਉਣ, ਕਿਉਂਕਿ ਜਿਸਲੇ ਮੈਂ ਇੱਕ ਪ੍ਰੋਗਰਾਮ 'ਚ ਦੇਖਿਆ ਕਿ ਉਹਨਾਂ ਨੇ ਜਦੋਂ ਮੇਰਾ ਨਾਮ ਲੈਣਾ ਸ਼ੁਰੂ ਕੀਤਾ ਨਾ, ਤਾਂ ਬੜੇ ਜ਼ਿਆਦਾ ਗੁੱਸੇ 'ਚ ਆ ਗਏ, ਬਹੁਤ ਜ਼ਿਆਦਾ ਗੁੱਸੇ 'ਚ ਆ ਗਏ, ਅੱਖਾਂ ਉਹਨਾਂ ਦੀਆਂ ਬਾਹਰ ਦੀ ਤਰਫ ਨਿਕਲ ਆਈਆਂ, ਗੁੱਸਾ ਉਹਨਾਂ ਦਾ ਨਜ਼ਰ ਆ ਰਿਹਾ ਸੀ ਔਰ ਮੈਨੂੰ ਇਹ ਡਰ ਪੈ ਗਿਆ ਕਿਤੇ ਕੁਰਸੀ 'ਤੇ ਬੈਠੇ ਨਾ ਉਹਨੂੰ ਅਟੈਕ ਨਾ ਹੋ ਜਾਏ, ਮੈਨੂੰ ਡਰ ਲੱਗਣ ਲੱਗ ਗਿਆ। ਮੈਂ ਉਹਨਾਂ ਵਾਸਤੇ ਦੁਆ ਕਰਨ ਲੱਗ ਗਿਆ, ਯਾ ਅੱਲਾ ਇਹਨਾਂ 'ਤੇ ਰਹਿਮਤ ਕਰ, ਇਹਨਾਂ ਦੇ ਗੁੱਸੇ ਨੂੰ ਠੰਡਾ ਕਰ। ਮੈਂ ਦੁਆ ਕੀਤੀ ਫਿਰ ਅੱਲਾ ਦੇ ਅੱਗੇ ਕਿ ਇਹਨਾਂ ਦੇ ਇਸ ਤਰ੍ਹਾਂ ਕੁਰਸੀ 'ਤੇ ਬੈਠੇ ਅਟੈਕ ਹੋ ਜਾਂਦਾ ਨਾ, ਇਸ ਤਰ੍ਹਾਂ ਕੁਰਸੀ 'ਤੇ ਬੈਠੇ ਅਟੈਕ ਹੋ ਜਾਏ ਤਾਂ ਯਕੀਨ ਕਰੋ ਦੋ ਦੋ ਦਿਨ ਪਤਾ ਹੀ ਨਹੀਂ ਚੱਲਦਾ, ਦੇਖਣ ਵਾਲਾ ਹੀ ਕਹਿੰਦਾ ਪ੍ਰੋਗਰਾਮ ਕਰ ਰਿਹਾ, ਉਹ ਤੋਂ ਬਾਅਦ 'ਚੋਂ ਪਤਾ ਚੱਲਦਾ ਕਿ ਜਨਾਬ ਅੱਲਾਹ ਤਾਲਾ ਦੇ ਕੋਲ ਜਾ ਚੁੱਕੇ ਨੇ। ਅਤੇ ਇਹ ਚੀਜ਼ਾਂ ਜਿਹੜੀਆਂ ਨਾ, ਬਜ਼ੁਰਗ ਆਦਮੀ ਨੇ ਉਹਨਾਂ ਨੂੰ ਚਾਹੀਦਾ ਕਿ ਸੋਚਣ, ਆਪਣੀ ਸਿਹਤ ਦਾ ਵੀ ਖਿਆਲ ਰੱਖਣ, ਅੱਲਾਹ ਤਾਲਾ ਦੇ ਇਹਨਾਂ ਦੇ ਬੱਚਿਆਂ ਦੇ ਸਿਰ 'ਤੇ ਇਹਨਾਂ ਦਾ ਸਾਇਆ ਕਾਇਮ ਰੱਖੇ। ਬਾਕੀ ਹੈਗਾ ਕਿ ਬਲੈਕਮੇਲਿੰਗ ਜਿਹੜੀ ਨਾ, ਇਹ ਨਹੀਂ ਹੋਣੀ ਚਾਹੀਦੀ। ਮੈਂ ਆਪਣੇ ਸਾਰੇ ਯੂਟਿਊਬਰਾਂ ਨੂੰ, ਤੁਹਾਡੇ ਦੋਸਤਾਂ ਨੂੰ, ਸਭ ਨੂੰ ਮੈਸੇਜ ਕਨਵੇ ਕੀਤਾ, ਅੱਲਾਹ ਕਰੇ ਕਿ ਉਹ ਮੇਰੇ ਮੈਸੇਜ ਉੱਤੇ ਅਮਲ ਕਰਨ, ਗੱਲ ਕਰਦੇ ਵਕਤ ਇਹਤਿਆਤ ਕਰਨ ਔਰ ਕੋਈ ਐਸੀ ਗੱਲ ਨਾ ਕਰਨਾ, ਆਪਣੇ ਫੀਲਡ ਤੋਂ ਹਟ ਕੇ, ਆਪਣੇ ਕੰਮ ਤੋਂ ਹਟ ਕੇ ਕੋਈ ਗੱਲ ਨਾ ਕਰੋ ਦੋਸਤੋ, ਠੀਕ ਹੈ ਨਾ। ਅੱਜ ਕੱਲ੍ਹ ਬੜਾ ਨਾਜ਼ੁਕ ਵਕਤ ਹੈ, ਪਰ ਜ਼ਰੂਰੀ ਨਹੀਂ ਕਿ ਹਰ ਬੰਦਾ ਹੀ ਬਚ ਜਾਏ, ਕਈ ਬੰਦੇ ਫਸ ਵੀ ਜਾਂਦੇ ਨੇ, ਨਾ ਸਹੂਲਤਕਾਰੀ ਕਰਨਾ, ਠੀਕ ਹੈ। ਅਗਰ ਜੇ ਇਸ ਤਰ੍ਹਾਂ ਦਾ ਉਹਨਾਂ ਦੀ ਸੋਚ ਹੈ, ਬੱਲਾ ਆਲਮ ਹੈ ਜਾਂ ਨਹੀਂ ਹੈ, ਮੈਂ ਵੀ ਗਲਤ ਹੋ ਸਕਦਾ, ਠੀਕ ਹੈ ਨਾ। ਪਰ ਮੇਰੀ ਨਜ਼ਰ ਦੇ ਵਿੱਚ ਉਹਨਾਂ ਨੇ ਇੱਕ ਦੋ ਬੰਦੇ ਤਿਆਰ ਕਰਨੇ ਸੀ, ਬੁਰਾਈਆਂ ਕਰਨ ਵਾਸਤੇ ਉਹਨਾਂ ਨੂੰ ਲੜਾਉਣਾ ਸੀ, ਉਹਨਾਂ ਨੇ ਇੱਕ ਦੂਸਰੇ ਦੀਆਂ ਬੁਰਾਈਆਂ ਕਰਨੀਆਂ ਸੀ, ਫਿਰ ਉਹਨਾਂ ਨੇ ਵੀਡੀਓ ਬਣਾ ਕੇ ਐਂਡ ਟਾਈਮ 'ਚ ਆ ਕੇ ਲਾਉਣੀਆਂ ਸੀਗੀਆਂ, ਲਾ ਕੇ ਤੇ ਫਿਰ ਉਹਨਾਂ ਨੇ ਕਹਿਣਾ ਸੀ ਵੀਡੀਓ ਡਿਲੀਟ ਕਰੋ, ਉਹਨਾਂ ਨੇ ਫਿਰ ਕਹਿਣਾ ਸੀ ਬਲੈਕਮੇਲਿੰਗ, ਪੈਸੇ ਦਾ ਡਿਮਾਂਡ ਕਰਨ ਵਾਸਤੇ, ਫਿਰ ਉਹਨੂੰ ਪੈਸੇ ਨੂੰ ਲੈਣ ਵਾਸਤੇ ਉਹਨਾਂ ਨੇ ਇੱਕ ਸਹੂਲਤਕਾਰ ਤਿਆਰ ਕਰਨਾ ਸੀਗਾ, ਮੇਰੇ ਨੌਲੇਜ ਦੇ ਮੁਤਾਬਕ। ਹੁਣ ਵੱਲਾ ਆਲਮ ਮੈਂ ਗਲਤ ਵੀ ਹੋ ਸਕਦਾ, ਉਹ ਸਹੂਲਤਕਾਰ ਹੋਣਾ ਸੀ ਪਾਕਿਸਤਾਨ ਦੇ ਵਿੱਚੋਂ, ਠੀਕ ਹੈ ਨਾ, ਯੂਟਿਊਬ 'ਚ ਹੋ ਸਕਦਾ ਜਾਂ ਆਮ ਬੰਦਿਆਂ 'ਚ ਹੋ ਸਕਦਾ, ਉਹ ਸਹੂਲਤਕਾਰ ਉਹਨਾਂ ਨੇ ਇਸਤੇਮਾਲ ਕਰਨੇ ਸੀ ਪੈਸੇ ਫੜਨ ਵਾਸਤੇ, ਐਂਡ 'ਤੇ ਉਹ ਸਹੂਲਤਕਾਰ ਦੀ ਵੀ ਵਾਰੀ ਆ ਜਾਣੀ, ਉਹ ਐਂਡ 'ਤੇ ਉਹ ਸਹੂਲਤਕਾਰ ਦੀ ਵੀ ਵਾਰੀ ਆ ਜਾਏਗੀ, ਠੀਕ ਹੈ ਨਾ। ਕੁਛ ਲੋਕ ਲੈਣਗੇ, ਕੁਛ ਉਹਨੇ ਆਪ ਹੀ ਬੁਰਾਈਆਂ ਸ਼ੁਰੂ ਕਰ ਦੇਣੀਆਂ, ਠੀਕ ਹੈ ਨਾ। ਅਤੇ ਇਸ ਚੀਜ਼ ਤੋਂ ਬਚੋ, ਅਤੇ ਅਰਬਾਜ਼ ਭਾਈ ਕੋਈ ਮੇਰੇ ਕੋਲੋਂ ਕੋਈ ਗਲਤ ਜਾਂ ਗਲਤ ਗੱਲ ਹੋ ਗਈ ਹੋਵੇ ਤਾਂ ਤੁਸੀਂ ਉਹ ਕੱਟ ਦੇਣੀ ਹੈ, ਤਾਂ ਕਿ ਮੇਰੇ ਦੋਸਤ ਬੁਰਾ ਨਾ ਮਨਾਉਣ, ਮੇਰੇ ਦੋਸਤ। ਮੈਂ ਤਾਂ ਆਇਆ ਵੀ ਪਹਿਲੀ ਦਫ਼ਾ, ਮੁਲਾਕਾਤ ਵੀ ਤੁਹਾਡੇ ਨਾਲ, ਵੈਸੇ ਪਹਿਲੀ ਦਫ਼ਾ ਹੀ ਆਇਆ ਤੁਸੀਂ, ਬੜੀ ਗੱਲ ਹੈ, ਵੇਖੀਦਾ ਸੀ।
ਔਰ ਮੈਨੂੰ ਇੰਨਾ ਅੱਛਾ ਲੱਗਾ ਤੁਸੀਂ ਇਸ ਮੰਡੀ 'ਚ ਆਏ, ਇਸ ਮੰਡੀ ਦਾ ਵਿਜ਼ਿਟ ਕੀਤਾ ਅਤੇ ਇਸ ਮੰਡੀ ਦੇ ਹਵਾਲੇ ਆਪਣੇ ਦੋਸਤਾਂ ਨੂੰ ਤੁਸੀਂ ਕੀ ਕਹੋਗੇ? ਚਲੋ ਤੁਸੀਂ ਤਾਂ ਪਹਿਲੀ ਦਫ਼ਾ ਆਏ ਹੋ। ਮੈਂ ਪਹਿਲੀ ਦਫ਼ਾ ਆਇਆ, ਬੜਾ ਅੱਛਾ ਲੱਗਾ ਇੱਥੇ। ਔਰ ਇੱਥੇ ਮੈਂ ਉਹ ਕਬੂਤਰ ਵੇਖੇ ਨੇ ਜਿਹੜੇ ਵੱਡੀ ਛੱਤਾਂ ਦੇ ਨਾ, ਲੇਕਿਨ ਤਵਾਰ ਨੂੰ ਇੱਥੇ ਆ ਕੇ ਆਪਣੇ ਘਰ ਦਾ ਰੋਜ਼ਗਾਰ ਚਲਾ ਰਹੇ ਨੇ। ਅੱਲਾਹ ਤਾਲਾ ਸਫੇਦ ਪੋਸ਼ੀ ਹੈਗੀ। ਤੁਸੀਂ ਜਿੱਥੋਂ ਜਿੱਥੋਂ ਵੀ ਮੇਰੇ ਨਾਲ ਲੱਗੇ ਹੋ ਤੁਹਾਨੂੰ ਹਰ ਬੰਦੇ ਨੇ ਸਲਾਮ ਕੀਤਾ ਕਿ ਨਹੀਂ? ਸਹੀ ਗੱਲ। ਉਹ ਕਿਸ ਵਜ੍ਹਾ ਤੋਂ ਇੱਜ਼ਤ ਕਰਦੇ ਨੇ ਕਿ ਉਹਨਾਂ ਨੂੰ ਵੀ ਰੋਜ਼ਗਾਰ ਮਿਲਿਆ, ਉਹਨਾਂ ਨਾਲ ਭਲਾਈ ਹੋਈ ਹੈ। ਜੇਕਰ ਉਹਨਾਂ ਨਾਲ ਮੈਂ ਬੁਰਾਈ ਕੀਤੀ ਹੁੰਦੀ ਤਾਂ ਕੀ ਹੋਣਾ ਸੀਗਾ? ਹੁਣ ਇਹੀ ਕੰਮ ਉੱਠ ਕੇ ਇੱਥੇ ਆ ਕੇ ਕਰਨ ਨਾ, ਮਿਹਨਤ ਕਰਨ, ਫੀਲਡ 'ਚ ਫਿਰਨ। ਯੂਟਿਊਬਰਾਂ ਵਾਸਤੇ ਮੈਸੇਜ ਹੈਗਾ ਜਿਹੜੇ ਯੂਟਿਊਬਰ ਨੇ, ਤੁਸੀਂ ਫੀਲਡ 'ਚ ਫਿਰ ਕੇ ਦਰ ਬਦਰ ਫਿਰ ਕੇ ਦਰ ਦਰ 'ਤੇ ਦੂਰ ਦੂਰ ਜਾ ਕੇ ਆਪਣੀ ਕੈਰਿਜ ਲਾ ਕੇ ਆਪਣੀ ਪੋਕਟ ਤੋਂ ਆਪਣਾ ਟਾਈਮ ਜ਼ਾਇਆ ਕਰਕੇ ਆਪਣੇ ਚੈਨਲ ਨੂੰ ਮਿਹਨਤ ਕਰਕੇ ਅਤੇ ਸਟਰੋਂਗ ਕਰਦੇ ਹੋ ਅਤੇ ਇੱਕ ਮਿੰਟ ਦੇ ਵਿੱਚ, ਦੋ ਮਿੰਟ 'ਚ ਇੱਕ ਬੰਦਾ ਕੁਰਸੀ 'ਤੇ ਬੈਠਾ ਤੁਹਾਡੀ ਸਾਰੀ ਮਿਹਨਤ ਲੈ ਜਾਏ ਅਤੇ ਕੀ ਤੁਹਾਡੇ ਦਿਲ 'ਚ ਖਿਆਲ ਆਏਗਾ? ਅਤੇ ਲਿਹਾਜ਼ਾ ਅੱਲਾਹ ਤਾਲਾ ਤੁਹਾਨੂੰ ਔਰ ਮੈਨੂੰ ਐਸੇ ਹੱਥਕੰਡਿਆਂ ਤੋਂ ਬਚਾਏ। ਆਮੀਨ ਸੁਮਾ ਆਮੀਨ। ਹੋਏ ਦੋਸਤੋ, ਅਸੀਂ ਵਿਜ਼ਿਟ ਕਰਦੇ ਹਾਂ ਮੰਡੀ ਦਾ, ਐਸੀ ਅਮਜਦ ਭਾਈ ਦਾ ਮੌਕਫ ਲੈਣਾ ਸੀ ਅਤੇ ਉਮੀਦ ਕਰਨਾ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਅੱਲਾਹ ਹਾਫਿਜ਼। ਅੱਲਾਹ ਹਾਫਿਜ਼।